ਹਾਂਜੀ ਦੋਸਤੋ ਵੈਲਕਮ ਸਵਾਗਤ ਹੈ ਤੁਹਾਡਾ ਸਟੱਡੀ ਸ਼ਿਪ YouTube ਚੈਨਲ ਤੇ ਵੀਡੀਓ ਨੰਬਰ 262 ਦੇ ਵਿੱਚ ਅੱਜ ਇਸ ਵੀਡੀਓ ਦੇ ਰਾਹੀਂ ਪੀਐਸ ਪੀਸੀਐਲ ਦੇ ਨਾਲ ਸੰਬੰਧਿਤ ਸਾਈਕਲਾਈਨਮੈਨ ਦੀ ਭਰਤੀ ਦੇ ਬਾਰੇ ਜਾਣਕਾਰੀ ਕੱਲ ਤੁਹਾਡਾ ਐਗਜ਼ਾਮ ਹੋਣ ਜਾ ਰਿਹਾ ਹੈ 23 ਜੂਨ 2024 ਨੂੰ ਤਾਂ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਤੁਹਾਨੂੰ ਪ੍ਰੀਖਿਆ ਦੇ ਨਾਲ ਸੰਬੰਧਿਤ ਮਹੱਤਵਪੂਰਨ ਨੁਕਤੇ ਸਾਂਝੇ ਕਰਦੇ ਹਾਂ ਤਾਂ ਕਿ ਜੇਕਰ ਤੁਹਾਡਾ ਕੋਈ ਪੁਆਇੰਟ ਮਿਸਿੰਗ ਹੈ ਤਾਂ ਤੁਸੀਂ ਅਪਡੇਟ ਹੋ ਜਾਵੋ ਔਰ ਰਹਿੰਦੇ ਸਮੇਂ ਆਪਣੀ ਜਿਹੜੀ ਤਿਆਰੀ ਹੈ ਉਹ ਬਿਲਕੁਲ ਅਰੇਂਜ ਆਪਣਾ ਕਰ ਸਕੋ ਸੋ ਸਟੇ ਕਨੈਕਟਡ ਸਟੇ ਅਪਡੇਟਡ ਜੁੜੇ ਰਹੋ ਇਸ ਚੈਨਲ ਦੇ ਨਾਲ ਅਪਡੇਟ ਰਹੋ ਮੋਡਲੀ ਜਾਣਕਾਰੀ ਤੋਂ ਇਲਾਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੀਖਿਆ ਦੇ ਨਾਲ ਸੰਬੰਧਿਤ ਮਹੱਤਵਪੂਰਨ ਨੁਕਤੇ ਜਿਹੜਾ ਤੁਹਾਡਾ ਸੀਬੀਟੀ ਹੋਣ ਜਾ ਰਿਹਾ ਕੰਪਿਊਟਰ ਬੇਸਡ ਟੈਸਟ ਉਹਦੇ ਨਾਲ ਸੰਬੰਧਿਤ ਜ਼ਰੂਰੀ ਤੇ ਮਹੱਤਵਪੂਰਨ ਨੁਕਤੇ ਤੇ ਜਿਹੜੇ ਟਿਪਸ ਹੈ ਉਹ ਸਾਂਝੇ ਕਰਾਂਗੇ ਮਹੱਤਵਪੂਰਨ ਨੋਟ ਤੁਹਾਨੂੰ ਵੀਡੀਓ ਦੇ ਲਾਸਟ ਤੇ ਸ਼ੇਅਰ ਕਰਾਂਗੇ ਸੋ ਮੋਡਲੀ ਜਾਣਕਾਰੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੀਐਸਪੀਸੀਐਲ ਦੇ ਵੱਲੋਂ ਸਾਈਕਲੈਂਡ ਮੈਂ ਦੀਆਂ 2500 ਸਾਮੀਆਂ ਭੰਦੇ ਲਈ ਵਿਗਿਆਪਨ ਨੰਬਰ 301/23 ਜਾਰੀ ਕਰਦੇ ਹੋਏ ਮੇਦਵਰਾਂ ਦੀ ਚੋਣ ਦੇ ਲਈ ਆਨਲਾਈਨ ਪ੍ਰੀਖਿਆ ਜਿਹੜੀ CVT ਹੈ ਉਹ 23 ਜੂਨ 2024 ਨੂੰ ਕੰਡਕਟ ਕਰਵਾਈ ਜਾ ਰਹੀ ਹੈ ਸੋ ਇਹ ਕੰਪਿਊਟਰ ਬੇਸਡ ਟੈਸਟ ਦੇ ਲਈ ਮਹੱਤਵਪੂਰਨ ਨੁਕਤੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਨ ਤੋਂ ਪਹਿਲਾਂ ਤੁਹਾਨੂੰ ਉਮੀਦ ਕਰਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਉਹ ਕਾਫੀ ਵਧੀਆ ਪੱਧਰ ਦੀ ਹੁਣ ਤੱਕ ਕਰ ਲਈ ਹੋਣੀ ਹੈ ਤੁਸੀਂ ਇਸ ਚੈਨਲ ਨਾਲ ਜੁੜੇ ਰਹੇ ਔਰ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਔਰ ਸਟੱਡੀ ਮਟੀਰੀਅਲ ਹੈ ਜਿਹੜਾ ਉਹ ਤੁਸੀਂ प्राप्त ਕੀਤਾ ਇਸ ਚੈਨਲ ਦੇ ذریعے ਸੋ ਤੁਹਾਡੀ ਤਿਆਰੀ ਬਿਲਕੁਲ ਵਧੀਆ ਹੋ ਚੁੱਕੀ ਹੋਣੀ ਹੈ ਹੁਣ ਤੱਕ ਤਾਂ ਤੁਸੀਂ ਮੌਕ ਟੈਸਟ ਦੇ ذریعے ਜਿਹੜਾ ਮੌਕ ਟੈਸਟ ਪੀਐਸਪੀਸੀਐਲ ਦੇ ਵੱਲੋਂ ਲਿੰਕ ਐਕਟੀਵੇਟ ਕੀਤਾ ਗਿਆ ਹੁਣ ਤੱਕ ਆਪਣੀ ਪ੍ਰੈਕਟਿਸ ਵੀ ਕਰ ਲਈ ਹੋਣੀ ਹੈ ਤੁਹਾਡੇ ਨਾਲ ਵੀਡੀਓ ਉਹ ਵੀ ਸ਼ੇਅਰ ਕਰ ਚੁੱਕੇ ਹਾਂ ਤੁਸੀਂ ਦੁਆਰਾ ਪ੍ਰੈਕਟਿਸ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਕੋਈ ਤੁਹਾਨੂੰ ਡਾਊਟ ਲੱਗਦਾ ਤੁਸੀਂ ਸੁਜੈਸਟ ਕਰ ਸਕਦੇ ਹੋ ਔਰ ਆਪਣੇ ਦੋਸਤਾਂ ਨੂੰ ਵੀ ਸੁਜੈਸਟ ਕਰ ਸਕਦੇ ਹੋ ਕਿ ਇਹ ਪ੍ਰੈਕਟਿਸ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਕੋਈ ਆਪਣਾ ਡਾਊਟ ਆ ਕਲੀਅਰ ਕਰ ਸਕਦੇ ਹੋ ਵੀਡੀਓ ਤੋਂ ਹੈਲਪ ਲੈ ਸਕਦੇ ਹੋ ਔਰ ਤੁਹਾਨੂੰ ਮਹੱਤਵਪੂਰਨ ਨੁਕਤੇਆਂ ਦੇ ਵਿੱਚ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਐਡਮਿਟ ਕਾਰਡ ਦੀ ਕਿ ਤੁਸੀਂ ਡਾਊਨਲੋਡ ਔਰ ਪ੍ਰਿੰਟ ਆਪਣੇ ਐਡਮਿਟ ਕਾਰਡ ਆ ਜਿਹੜੇ ਉਹ ਕਰ ਚੁੱਕੇ ਹੋਵੋਗੇ ਹੁਣ ਤੱਕ ਜਿਹੜੇ ਵੀ ਉਮੀਦਵਾਰਾਂ ਨੇ ਅਜੇ ਤੱਕ ਪ੍ਰਿੰਟ ਨਹੀਂ ਕੀਤੇ ਉਹ ਡਾਊਨਲੋਡ ਕਰ ਲਵੋ ਤੇ ਪ੍ਰਿੰਟ ਕਰ ਲਵੋ ਆਪਣੇ ਐਡਮਿਟ ਕਾਰਡ ਬਿਕਾਜ਼ ਬਹੁਤ ਮਹੱਤਵਪੂਰਨ ਡਾਕੂਮੈਂਟ ਤੁਹਾਨੂੰ ਟੈਸਟ ਦੇ ਵਿੱਚ ਅਪੀਅਰ ਹੋਣ ਦੀ ਹੈ ਲੋੜਿੰਗ ਦਾ ਪ੍ਰਿੰਟ ਆਊਟ ਚਾਹੀਦਾ ਐਡਮਿਟ ਕਾਰਡ ਦਾ ਇਹਦੇ ਵੀ ਵੀਡੀਓ ਪ੍ਰਿੰਟ ਆਊਟ ਕਿਵੇਂ ਕਰਨਾ ਤੁਸੀਂ ਉਹ ਤੁਹਾਡੇ ਲਈ ਸ਼ੇਅਰ ਕਰ ਚੁੱਕੇ ਆ ਐਡਮਿਟ ਕਾਰਡ ਤੇ ਆਪਣੀ ਕਲਰਡ ਫੋਟੋ ਆ ਜਿਹੜੀ ਉਹ ਤੁਸੀਂ ਪੇਸਟ ਕਰ ਲੈਣੀ ਆ ਹੁਣ ਤੱਕ ਉਮੀਦ ਆ ਕਿ ਸਾਰੇ ਉਮੀਦਵਾਰਾਂ ਨੇ ਕਲਰਡ ਫੋਟੋ ਆ ਜਿਹੜੀ ਉਹ ਪੇਸਟ ਕਰ ਲਈ ਹੋਣੀ ਜਿੱਥੇ ਸਪੇਸ ਦਿੱਤਾ ਹੋਇਆ ਜੇ ਕਿਸੇ ਨੂੰ ਡਾਊਟ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਗਲਤ ਜਗ੍ਹਾ ਤੇ ਕਿਤੇ ਪੇਸਟ ਨਹੀਂ ਕਰਨੀ ਕਲਰਡ ਫੋਟੋ ਜੋ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿੱਚ ਅਪਲੋਡ ਕੀਤੀ ਸੀ ਉਹੀ ਸੇਮ ਫੋਟੋ ਇੱਥੇ ਤੁਸੀਂ ਪੇਸਟ ਕਰ ਲੈਣੀ ਆ ਔਰ ਇੱਕ ਅੰਗੂਠੇ ਦਾ ਨਿਸ਼ਾਨ ਲਗਾਉਣਾ ਹੈ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਹੈ ਜਿਹੜਾ ਤੁਸੀਂ ਉਹ ਐਡਮਿਟ ਕਾਰਡ ਤੇ ਦਿੱਤੀ ਹੋਈ ਜਗ੍ਹਾ ਤੇ ਜਿੱਥੇ ਨਿਰਧਾਰਤ ਜਗ੍ਹਾ ਹੈ ਉੱਥੇ ਤੁਸੀਂ ਅੰਗੂਠੇ ਦਾ ਨਿਸ਼ਾਨ ਲਾਉਣਾ ਹੈ ਔਰ ਇੱਕ 컬러ਡ ਫੋਟੋ ਜਿਹੜੀ ਐਕਸਟਰਾ ਤੁਸੀਂ ਹਾਜ਼ਰੀ ਸ਼ੀਟ ਤੇ ਪ੍ਰਿੰਟ ਕਰਨ ਦੇ ਲਈ ਹਾਂ ਪ੍ਰੀਖਿਆ ਕੇਂਦਰ ਵਿੱਚ ਲੈ ਕੇ ਜਾਣੀ ਹੈ ਉਹ ਵੀ ਬਿਲਕੁਲ ਸੇਮ ਫੋਟੋ ਤੁਹਾਡੀ ਐਪਲੀਕੇਸ਼ਨ ਫਾਰਮ ਵਾਲੀ ਹੋਣੀ ਚਾਹੀਦੀ ਹੈ ਉਹ 컬러ਡ ਫੋਟੋ ਤੁਸੀਂ ਐਕਸਟਰਾ ਆਪਣੇ ਨਾਲ ਲੈ ਕੇ ਪ੍ਰੀਖਿਆ ਕੇਂਦਰ ਪਹੁੰਚਣਾ ਤਾਂ ਕਿ ਉਹ ਫੋਟੋ ਤੁਹਾਡੀ ਹਾਜ਼ਰੀ ਸ਼ੀਟ ਤੇ ਲੱਗ ਸਕੇ ਔਰ ਐਡਮਿਟ ਕਾਰਡ ਦੇ ਉੱਪਰ ਤੁਸੀਂ ਦਿੱਤੀ ਹੋਈ ਜਗ੍ਹਾ ਤੇ ਸਿ ਇਨਵਿਜੀਲੇਟਰ ਦੇ ਹਾਜ਼ਰੀ ਦੇ ਵਿੱਚ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਪ੍ਰੀਖਿਆ ਕੇਂਦਰ ਤੇ ਹੀ ਸਾਈਨ ਤੁਹਾਡੇ ਹੋਣਿਆ ਹਾਜ਼ਰੀ ਸ਼ੀਟ ਤੇ ਔਰ ਐਡਮਿਟ ਕਾਰਡ ਦੇ ਉੱਪਰ ਸੋ ਇਹ ਐਡਮਿਟ ਕਾਰਡ ਦੇ ਨਾਲ ਸੰਬੰਧਿਤ ਕੁਝ ਗੱਲਾਂ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਤੁਸੀਂ ਆਪਣਾ ਅਸਲੀ ਪਛਾਣ ਪੱਤਰ ਹੈ ਜਿਹੜਾ ਇੱਕ ਪ੍ਰੀਖਿਆ ਕੇਂਦਰ ਵਿੱਚ ਨਾਲ ਲੈ ਕੇ ਪਹੁੰਚਣਾ ਹੈ ਬਿਨਾ ਅਸਲੀ ਪਛਾਣ ਪੱਤਰ ਤੋਂ ਐਡਮਿਟ ਕਾਰਡ ਤੋਂ ਬਿਨਾ ਤੁਹਾਡੀ ਐਂਟਰੀ ਹੈ ਜਿਹੜੀ ਥੋੜੀ ਮੁਸ਼ਕਲ ਹੋ ਜਾਏਗੀ ਹੋਣੀ ਨਹੀਂ ਹੈ ਮੁਸ਼ਕਲ ਕੀ ਹੋ ਜਾਏਗੀ ਤੁਹਾਡੀ ਐਂਟਰੀ ਨਹੀਂ ਹੋਣੀ ਬਿਨਾ ਪਛਾਣ ਪੱਤਰ ਤੋਂ ਜਾਂ ਤੁਹਾਡੇ ਐਡਮਿਟ ਕਾਰਡ ਤੋਂ ਬਿਨਾ ਤਾਂ ਪਛਾਣ ਪੱਤਰ ਹੈ ਜਿਹੜਾ ਆਈਡੈਂਟੀਟੀ ਪ੍ਰੂਫ ਹੈ ਤੁਸੀਂ ਕੋਈ ਵੀ ਲੈ ਕੇ ਜਾ ਸਕਦੇ ਹੋ ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ EMPLOYER ਦਾ ਜਿਹੜਾ ਆਈਡੀ ਹੈ ਗਵਰਨਮੈਂਟ EMPLOYER ਦਾ ਉਹ ਹੋ ਸਕਦਾ ਹੈ ਵੋਟਰ ਕਾਰਡ ਹੋ ਸਕਦਾ ਹੈ ਆਧਾਰ ਕਾਰਡ ਹੋ ਸਕਦਾ ਹੈ ਪਾਸਪੋਰਟ ਹੋ ਸਕਦਾ ਹੈ ਪੈਨ ਕਾਰਡ ਹੋ ਸਕਦਾ ਹੈ ਜਿਹੜਾ ਗਵਰਨਮੈਂਟ ਅਥਾਰਟिटीज ਨੇ ਕੋਈ ਵੀ ਡਾਕੂਮੈਂਟ ਇਸ਼ੂ ਕੀਤਾ ਹੋਵੇ ਪਛਾਣ ਪੱਤਰ ਉਹਨਾਂ ਚੋਂ ਕੋਈ ਵੀ ਡਾਕੂਮੈਂਟ ਤੁਸੀਂ ਨਾਲ ਲੈ ਕੇ ਜਾਣਾ ਔਰ ਇੱਕ ਪਾਰਦਰਸ਼ੀ ਪੈਨ ਲੈ ਕੇ ਜਾਣਾ ਨੀਲੇ ਜਾਂ ਕਾਲੇ ਰੰਗ ਦੀ ਸਹੀ ਵਾਲਾ ਬਾਲ ਪੁਆਇੰਟ ਪੈਨ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ ਇਹ ਤੁਹਾਨੂੰ ਪ੍ਰੀਖਿਆ ਕੇਂਦਰ ਤੇ ਨਹੀਂ ਮਿਲੇਗਾ ਇਸ ਦੀ ਜ਼ਰੂਰਤ ਪੈਗੀ ਤਾਂ ਤੁਸੀਂ ਪੈਨ ਆਪਣਾ ਨਾਲ ਲੈ ਕੇ ਜਾਣਾ ਔਰ ਪ੍ਰੀਖਿਆ ਕੇਂਦਰ ਤੇ ਤੁਸੀਂ ਪ੍ਰੀਖਿਆ ਦੇ ਸਮੇਂ ਤੋਂ ਟੈਸਟ ਦੇ ਸਮੇਂ ਤੋਂ ਡੇਢ ਘੰਟਾ ਪਹਿਲਾਂ ਰਿਪੋਰਟ ਕਰਨਾ ਹੈ ਰਿਪੋਰਟਿੰਗ ਟਾਈਮ ਤੁਹਾਡੇ ਐਡਮਿਟ ਕਾਰਡ ਦੇ ਵਿੱਚ ਲਿਖਿਆ ਹੋਇਆ ਉਸ ਸਮੇਂ ਤੇ ਤੁਸੀਂ ਲਗਭਗ ਡੇਢ ਘੰਟਾ ਪਹਿਲਾਂ ਤੁਸੀਂ ਪਹੁੰਚ ਜਾਣਾ ਆਪਣੇ ਪ੍ਰੀਖਿਆ ਕੇਂਦਰ ਤੇ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਔਰ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਐਡਮਿਟ ਕਾਰਡ ਹੈ ਜਿਹੜਾ ਉਤੋਂ ਇਲਾਵਾ ਯੂਜ਼ਰ ਆਈਡੀ ਤੇ ਪਾਸਵਰਡ ਦੀ ਵੀ ਜ਼ਰੂਰਤ ਪੈਣੀ ਹੈ ਜਦੋਂ ਤੁਸੀਂ ਲੌਗਇਨ ਕਰਨਾ ਹੈ ਆਪਣਾ ਟੈਸਟ ਸ਼ੁਰੂ ਕਰਨਾ ਹੈ ਕੰਪਿਊਟਰ ਦੇ ਉੱਪਰ ਤਾਂ ਤੁਹਾਡਾ ਯੂਜ਼ਰ ਆਈਡੀ ਤੇ ਪਾਸਵਰਡ ਟੈਸਟ ਟੈਸਟ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਤੁਹਾਡੀ ਸੀਟ ਦੇ ਉੱਪਰ ਹੀ ਤੁਹਾਨੂੰ ਮਈਆ ਕਰਵਾਇਆ ਜਾਣਾ ਹੈ ਸਟਾਫ ਮੈਂਬਰਸ ਦੁਆਰਾ ਸੋ ਇਹਦੇ ਤੁਸੀਂ ਵਰੀ ਨਹੀਂ ਕਰਨਾ ਯੂਜ਼ਰ ਆਈਡੀ ਤੇ ਪਾਸਵਰਡ ਤੁਹਾਨੂੰ ਮੌਕੇ ਤੇ ਹੀ ਟੈਸਟ 10 ਮਿੰਟ ਪਹਿਲਾਂ ਟੈਸਟ ਸ਼ੁਰੂ ਹੋਣ ਤੋਂ ਮਿਲ ਜਾਏਗਾ ਔਰ ਰਫਕਨ ਕੰਮ ਕਰਨ ਦੀ ਜੇਕਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤਾਂ ਤੁਹਾਨੂੰ ਪੇਪਰ ਹੈ ਜਿਹੜੇ ਉਹ ਬਾਹਰੋਂ ਨਹੀਂ ਲੈ ਕੇ ਜਾਣੇ ਉਹ ਵੀ ਤੁਸੀਂ ਪ੍ਰੀਖਿਆ ਹਾਲ ਦੇ ਵਿੱਚ ਤੁਹਾਨੂੰ ਮੈਹਿਆ ਕਰਵਾਏ ਜਾਣਗੇ ਔਰ ਉਸ ਪੇਪਰ ਤੇ ਤੁਸੀਂ ਆਪਣਾ ਨਾਮ ਤੇ ਰੋਲ ਨੰਬਰ ਜ਼ਰੂਰ ਲਿਖ ਲੈਣਾ ਹੈ ਪ੍ਰੀਖਿਆ ਦੇ ਅੰਤ ਤੇ ਤੁਸੀਂ ਉਹ ਪੇਪਰ ਹੈ ਜਿਹੜੇ ਵਾਪਸ ਇਨ ਵਿਜੀਲੇਟਰ ਸਾਹਿਬਾਨ ਨੂੰ ਵਾਪਸ ਕਰਕੇ ਆਉਣੇ ਆ ਵਾਪਸ ਮੋੜ ਕੇ ਆਉਣੇ ਆ ਔਰ ਇਹ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਉਮੀਦਵਾਰਾਂ ਨੇ ਆਪਣੇ ਆਪ ਨੂੰ ਬਾਇਓਮੈਟ੍ਰਿਕ ਸਿਸਟਮ ਤੇ ਰਜਿਸਟਰ ਕਰਨਾ ਹੈ ਸੋ ਤੁਸੀਂ ਜਿਹੜੇ ਵੀ ਫੇਸ ਤੁਹਾਡਾ origignal ਹੈ ਉਹ ਤੁਸੀਂ ਫੇਸ ਲੈ ਕੇ ਜਾਣਾ ਕਿਸੇ ਤਰ੍ਹਾਂ ਦਾ ਕੋਈ ਮੇਕਅਪ ਨਾ ਕੀਤਾ ਹੋਵੇ ਕੋਈ ਐਨਕ ਨਾ ਲੱਗੇ ਹੋਵੇ ਜਾਂ ਮਹਿੰਦੀ ਜਾਂ ਸਿਆਹੀ ਵਗੈਰਾ ਨਾ ਲੱਗੀ ਹੋਵੇ ਕਿਸੇ ਤਰ੍ਹਾਂ ਦਾ ਕੋਈ ਰੰਗ ਨਾ ਲੱਗਾ ਹੋਵੇ ਤਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਬਾਇਓਮੈਟ੍ਰਿਕ ਸਿਸਟਮ ਤੇ ਰਜਿਸਟਰ ਕਰਨਾ ਹੋਵੇਗਾ ਇਹ ਤੁਹਾਡੇ ਲਈ ਜ਼ਰੂਰੀ ਹੈ ਔਰ ਤੁਸੀਂ ਐਡਮਿਟ ਕਾਰਡ ਤੇ ਦਿੱਤੀਆਂ ਹਦਾਇਤਾਂ ਜਿਹੜੀਆਂ 23 ਪੁਆਇੰਟ ਐ ਉਹ ਵੀ ਚੰਗੀ ਤਰ੍ਹਾਂ ਹੁਣ ਤੱਕ ਪੜ ਲਈਆਂ ਹੋਣਗੀਆਂ ਧਿਆਨ ਨਾਲ ਸਮਝ ਲਈਆਂ ਹੋਣਗੀਆਂ ਜੇਕਰ ਅਜੇ ਵੀ ਤੁਹਾਨੂੰ ਉਹ ਐਡਮਿਟ ਕਾਰਡ ਦੇ ਉੱਪਰ ਦਿੱਤੀਆਂ ਜਿਹੜੇ 23 ਪੁਆਇੰਟ ਐ ਹਦਾਇਤਾਂ ਨੇ ਉਹਨਾਂ 'ਚ ਕੋਈ ਡਾਊਟ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਔਰ ਉਹ 23 ਹਦਾਇਤਾਂ ਦੀ ਅਲੱਗ ਤੋਂ ਤੁਹਾਨੂੰ ਵੀਡੀਓ ਸ਼ੇਅਰ ਕਰ ਚੁੱਕਿਆ ਬਿਕੋਜ਼ ਐਡਮਿਟ ਕਾਰਡ ਦੇ ਉੱਪਰ ਇੰਗਲਿਸ਼ ਲੈਂਗੁਏਜ ਦੇ ਵਿੱਚ ਉਹ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਉਹ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾ ਚੁੱਕਿਆ ਉਹ ਵੀਡੀਓ ਆਪਣੀ ਵੇਖ ਸਕਦੇ ਹੋ ਔਰ ਇਹ 23 ਹਦਾਇਤਾਂ ਨੇ ਜਿਹੜੀਆਂ ਇਹ ਵੀ ਤੁਹਾਡੇ ਲਈ ਬਹੁਤ ਲਾਜ਼ਮੀ ਨੇ ਪੜ੍ਹਨੀਆਂ ਸੁਣਨੀਆਂ ਸਮਝਣੀਆਂ ਔਰ ਇਹਦੇ ਚੋਂ ਬਹੁਤ ਸਾਰੀਆਂ ਜਿਹੜੀਆਂ ਪਿੱਛੇ ਆਪਾਂ ਡਿਸਕਸ ਕੀਤੇ ਆ ਪੁਆਇੰਟ ਇਹ ਪੁਆਇੰਟ ਉਹਦੇ ਵਿੱਚ ਦਿੱਤੇ ਗਏ ਆ ਕਾਫੀ ਕੁਝ ਬਖਰੇ ਆ ਤਾਂ ਤੁਸੀਂ ਉਹ ਜ਼ਰੂਰ ਪੜ ਲੈਣੇ ਆ ਔਰ ਤੁਸੀਂ ਪੀਐਸਪੀਸੀਐਲ ਦੀ ਵੈਬਸਾਈਟ ਤੇ ਦਿੱਤੇ ਲਿੰਕ ਦੇ ਰਾਹੀਂ ਦੇਸ਼ਾ ਨਿਰਦੇਸ਼ ਆ ਜਿਹੜੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਤੇਜ਼ ਦੇ ਦਿੱਤੇ ਹੋਏ ਆ ਉਹ ਵੀ ਪੜ ਲੈਣੇ ਹੋਣਗੇ ਸਮਝ ਲੈਣੇ ਹੋਣਗੇ ਹੁਣ ਤੱਕ ਤੁਹਾਨੂੰ ਇਹ ਸਾਰੀਆਂ ਹਦਾਇਤਾਂ ਇਹ ਦੇਸ਼ਾ ਨਿਰਦੇਸ਼ ਵੱਖੋ ਵੱਖਰਾ ਸਟੱਡੀ ਮਟੀਰੀਅਲ ਸਟੱਡੀ ਸ਼ਿਪ ਨਾਂ ਦੇ ਵਟਸਐਪ ਗਰੁੱਪ ਜਿਹੜਾ ਤੁਹਾਡੇ ਲਈ ਬਣਾਇਆ ਗਿਆ ਉਹਦੇ ਵਿੱਚ ਆਪਾਂ ਸ਼ੇਅਰ ਕਰ ਚੁੱਕੇ ਆ ਕਾਫੀ ਵਿਦਿਆਰਥੀ ਉਮੀਦਵਾਰ ਨੇ ਜਿਹ ਤੁਸੀਂ ਪੁੱਛ ਸਕਦੇ ਹੋ WhatsApp ਤੇ ਵੀ ਪੁੱਛ ਸਕਦੇ ਹੋ ਤੁਹਾਨੂੰ ਹਰ ਤਰ੍ਹਾਂ ਦਾ ਜਤੜਾ ਡਾਊਟ ਆਉ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਮਹੱਤਵਪੂਰਨ ਹਦਾਇਤਾਂ ਤੁਹਾਡੇ ਲਈ ਦਿਸ਼ਾ ਨਿਰਦੇਸ਼ ਪੜ੍ਹਨੇ ਸਮਝਣੇ ਬਹੁਤ ਜ਼ਰੂਰੀ ਨੇ ਜੇਕਰ ਤੁਸੀਂ ਇਹਨਾਂ ਦੀ ਪਾਲਣਾ ਨਾ ਕਰਨ ਤੇ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੁੰਦੇ ਤਾਂ ਨਿੱਜੀ ਤੁਹਾਡੀ ਰਿਸਪਾਂਸਿਬਿਲਟੀ ਹੋਏਗੀ ਤੁਹਾਡੀ ਖੁਦ ਦੀ ਜ਼ਿੰਮੇਵਾਰੀ ਹੋਏਗੀ ਉਮੀਦਵਾਰ ਦੀ ਜੇਕਰ ਕੋਈ ਪਾਲਣਾ ਨਹੀਂ ਕਰਦੇ ਤੁਸੀਂ ਹਦਾਇਤਾਂ ਦੀ ਕੋਈ ਵੀ ਪੁਆਇੰਟ ਦੀ ਔਰ ਹੁਣ ਤੁਹਾਨੂੰ ਦੱਸ ਦਈਏ ਕਿ ਪ੍ਰੀਖਿਆ ਕੇਂਦਰ ਦੇ ਵਿੱਚ ਤੁਹਾਨੂੰ ਹੇਠ ਲਿਖਿਆ ਆਈਟਮ ਹਨ ਜਿਹੜੀਆਂ ਲਿਸਟ ਦਿੱਤੀ ਆਪਾਂ ਤੁਹਾਨੂੰ ਟੇਬਲ ਤੁਹਾਨੂੰ ਨਜ਼ਰ ਆ ਰਿਹਾ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਆਪਣੇ ਯਾਦ ਰੱਖਣ ਦੇ ਲਈ ਇਹ ਆਈਟਮ ਹਨ ਜਿਹੜੀਆਂ ਇਹ ਪ੍ਰੀਖਿਆ ਕੇਂਦਰ ਦੇ ਅੰਦਰ ਲੈ ਕੇ ਜਾਣ ਦੀ ਸਖਤ ਮਨਾਹੀ ਹੈ ਕੋਈ ਵੀ ਮੋਬਾਈਲ ਫੋਨ ਉਮੀਦਵਾਰ ਨਹੀਂ ਲੈ ਕੇ ਜਾ ਸਕਦਾ ਕਿਸੇ ਤਰ੍ਹਾਂ ਦੇ ਕੋਈ ਗਹਿਣੇ ਪੈਨ ਕੇ ਜਾਂ ਵੈਸੇ ਤੁਸੀਂ ਨਹੀਂ ਲੈ ਕੇ ਜਾਣਾ ਕਿਸੇ ਤਰ੍ਹਾਂ ਦਾ ਕੋਈ ਪਰਸ ਵਗੈਰਾ ਤੁਸੀਂ ਅੰਦਰ ਐਗਜ਼ਾਮ ਹਾਲ ਦੇ ਵਿੱਚ ਨਹੀਂ ਲੈ ਕੇ ਜਾਣਾ ਇਰਪਾਰ ਤੁਸੀਂ ਨਹੀਂ ਲੈ ਕੇ ਜਾ ਸਕਦੇ ਸਮਾਰਟਵਾਚ ਨਹੀਂ ਲੈ ਕੇ ਜਾ ਸਕਦੇ 벨ਟ ਵਗੈਰਾ ਨਹੀਂ ਲੈ ਕੇ ਜਾ ਸਕਦੇ ਕਿਸੇ ਤਰ੍ਹਾਂ ਦਾ ਹੋਰ ਕੋਈ ਇਲੈਕਟ੍ਰੋਨਿਕ ਨਾਨ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਡਿਵਾਈਸ ਤੁਹਾਡੇ ਕੋਲ ਨਹੀਂ ਹੋਣਾ ਚਾਹੀਦਾ ਕੈਲਕੂਲੇਟਰ ਤੁਸੀਂ ਨਹੀਂ ਲੈ ਕੇ ਜਾ ਸਕਦੇ ਕੋਈ ਪੇਪਰ ਕਿਸੇ ਤਰ੍ਹਾਂ ਦੀ ਕੋਈ ਕਿਤਾਬ ਕੋਈ ਹੈਂਡਬੈਗ ਵਗੈਰਾ ਐਨਕਾਂ ਜਾਂ ਟੋਪੀ ਤੁਸੀਂ ਨਹੀਂ ਲੈ ਕੇ ਜਾ ਸਕਦੇ ਕਿਸੇ ਤਰ੍ਹਾਂ ਦਾ ਕੋਈ ਮੇਕਅਪ ਕਰਕੇ ਨਹੀਂ ਤੁਸੀਂ ਜਾਣਾ ਕਿਸੇ ਤਰ੍ਹਾਂ ਦੀ ਕੋਈ ਮਹਿੰਦੀ ਜਾਂ ਐਕਸਟਰਾ ਕਲਰ ਜਾਂ ਇਨਕ ਤੁਹਾਡੇ ਫੇਸ ਤੇ ਨਾ ਲੱਗੀ ਹੋਵੇ ਸੋ ਇਹ ਸਾਰੀਆਂ ਜਿਹੜੀਆਂ ਆਈਟਮਾਂ ਨੇ ਇਹਨਾਂ ਦੀ ਮਨਾਹੀ ਹੈ ਇਹ ਤੁਸੀਂ ਨੋਟ ਕਰ ਲੈਣਾ ਨਹੀਂ ਤੁਹਾਨੂੰ ਮੁਸ਼ਕਲ ਹੈ ਜਿਹੜੀ ਉਹ ਆ ਸਕਦੀ ਹੈ ਭਵਿੱਖ ਵਿੱਚ ਵੀ ਅਜਿਹੀ ਜਾਣਕਾਰੀਆਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਏਲਐਮ 2500 ਪੋਸਟਾਂ ਜਿਹੜੀਆਂ ਅਸਾਮੀਆਂ ਇਹਨਾਂ ਦੇ ਜੁਆਇਨਿੰਗ ਪ੍ਰੋਸੈਸ ਤੱਕ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਪੀਐਸਪੀਸੀਐਲ ਦੇ ਜਿਹੜੇ ਮਾਧਿਅਮ ਤੋਂ ਆਪਾਂ ਨੂੰ ਆਉਂਦੀ ਰਹੇਗੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਵਾਂਗੇ ਟਾਈਮ ਟੂ ਟਾਈਮਸ ਉਹ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਕਿਸੇ ਤਰ੍ਹਾਂ ਦੀ ਪੁੱਛਗੀ ਦੇ ਲਈ ਸੁਝਾਅ ਦੇ ਲਈ ਕਮੈਂਟ ਬਾਕਸ ਕਮੈਂਟ ਕਰ ਸਕਦੇ ਹੋ ਸਟੱਡੀਸ਼ਿਪ ਨਾਲ ਦਾ ਵਟਸਐਪ ਗਰੁੱਪ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਰ ਹਰ ਅਪਡੇਟ ਤੁਹਾਡੇ ਮੋਬਾਈਲ ਤੇ ਜਲਦੀ ਤੋਂ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਚੈਨਲ ਦੀ ਮੈਂਬਰਸ਼ਿਪ ਜੁਆਇਨ ਦਾ ਬਟਨ ਕਲਿੱਕ ਕਰਕੇ ਤੁਸੀਂ ਜੁਆਇਨ ਕਰ ਸਕਦੇ ਹੋ ਪੀਐਸਪੀਸੀਐਲ ਏਲਐਮ 2500 ਏਲਐਮ 2500 ਪੋਸਟਾਂ ਦੇ ਲਈ ਡੈਡੀਕੇਟਿਡ ਪਲੇਲਿਸਟ ਹੈ ਸਾਰੇ ਤਰ੍ਹਾਂ ਦੀ ਅਪਡੇਟਸ ਨੇ ਜਿਹੜੀਆਂ ਜਾਣਕਾਰੀਆਂ ਨੇ ਸਟੱਡੀ ਮਟੀਰੀਅਲ ਹੈ ਇਸ ਪਲੇਲਿਸਟ ਤੇ ਮਿਲੇਗਾ ਸਟੱਡੀਸ਼ਿਪ YouTube ਚੈਨਲ ਤੇ ਔਰ ਪੀਐਸਪੀਸੀਐਲ ਦੀ ਰਿਕਰੂਟਮੈਂਟ ਨਾਲ ਸੰਬੰਧਤ PSPCL ਰਿਕਰੂਟਮੈਂਟ ਪਲੇਲਿਸਟ ਤੇ ਮਿਲਣੀ ਹੈ ਇਸ ਤੋਂ ਇਲਾਵਾ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ PSPCL ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈਗਾ ਉਹ ਟਾਈਮ ਟੂ ਟਾਈਮ ਤੁਸੀਂ ਵਿਜ਼ਿਟ ਕਰਦੇ ਰਹੋ ਔਰ ਹਰ ਤਰ੍ਹਾਂ ਦੀ ਅਪਡੇਟ ਤੋਂ ਜਾਣੂ ਰਹੋ ਇਸ ਚੈਨਲ ਦੇ ਜ਼ਰੀਏ ਵੀ ਸਟੱਡੀਸ਼ਿਪ ਚੈਨਲ ਦੇ ਜ਼ਰੀਏ ਵੀ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਹੈ ਜਿਹੜੀ ਟਾਈਮ ਟੂ ਟਾਈਮ ਜਲਦ ਤੋਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹਦੇ ਨਾਲ ਹੀ ਆਪਣਾ ਸਫਰ ਹੈ ਜਿਹੜਾ ਇੱਥੋਂ ਤੱਕ ਦਾ ਕਾਫੀ ਵਧੀਆ ਰਿਹਾ ਤੁਸੀਂ ਕਾਫੀ ਰਿਸਪੌਂਸ ਦੇ ਰਹੇ ਹੋ ਕਾਫੀ ਹੈਲਪ ਤੁਹਾਨੂੰ ਮਿਲ ਰਹੀ ਹੈ ਇਸ ਚੈਨਲ ਤੋਂ ਵੀਡੀਓਜ਼ ਦੇ ਜ਼ਰੀਏ ਸੋ ਲਗਭਗ 5 ਮਹੀਨੇ ਦਾ ਸਮਾਂ ਜਿਹੜਾ ਤੁਸੀਂ ਇੰਨਾ ਅਪਡੇਟਸ ਤੇ ਜਰੀਏ ਆਪਣੇ ਨਾਲ ਜੁੜੇ ਵੱਖ-ਵੱਖਰੀਆਂ ਵੀਡੀਓਜ਼ ਦੇ ਰੂਪ ਦੇ ਵਿੱਚ ਜਨਵਰੀ ਤੋਂ ਬਾਅਦ ਹੁਣ ਤੱਕ ਪੇਪਰ ਹੋਣ ਤੱਕ ਔਰ ਅਗਲੇ ਸਮੇਂ ਦੇ ਵਿੱਚ ਵੀ ਜੁਆਇਨਿੰਗ ਪ੍ਰੋਸੈਸ ਤੱਕ ਤੁਹਾਡੇ ਨਾਲ ਇਹ ਜਿਹੜੇ ਅਪਡੇਟਸ ਨੇ ਜਾਣਕਾਰੀਆਂ ਨੇ ਉਹ ਸ਼ੇਅਰ ਕਰਦੇ ਰਵਾਂਗੇ ਜਿਹੜੇ ਵੀ ਉਮੀਦਵਾਰ ਕੱਲ ਏਲਐਮ ਦੇ ਪੇਪਰ ਦੇ ਲਈ ਸਾਈਕਲ ਅਲਾਈਨਮੈਂਟ ਦੀ ਭਰਤੀ ਦੇ ਲਈ ਪੇਪਰ ਦੇ ਲਈ ਟੈਸਟ ਦੇ ਲਈ ਅਪੀਅਰ ਹੋਣ ਜਾ ਰਹੇ ਆ ਉਹਨਾਂ ਸਾਰਿਆਂ ਨੂੰ ਸਟੱਡੀ ਸ਼ੇਪ YouTube ਚੈਨਲ ਦੇ ਵੱਲੋਂ ਸ਼ੁਭ ਕਾਮਨਾਵਾਂ ਵੈਸਟ ਵਿਸ਼ੇਜ਼ ਗੁੱਡ ਲੱਕ ਸਾਰਿਆਂ ਦੇ ਲਈ ਸੋ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਦਾ ਕੋਈ ਪੁਆਇੰਟ ਕੋਈ ਹਦਾਇਤ ਜਿਹੜੀ ਪਾਲਣਾ ਕਰਨ ਤੋਂ ਮਿਸ ਨਾ ਹੋਵੇ ਔਰ ਕੋਈ ਆਈਟਮ ਹੈ ਜਿਹੜੀ ਜਾਂ ਉਹ ਆਪਣੇ ਐਡਮਿਟ ਕਾਰਡ ਦੇ ਨਾਲ ਸੰਬੰਧਿਤ ਜਾਂ ਪਛਾਣ ਪੱਤਰ ਦੇ ਨਾਲ ਸੰਬੰਧਿਤ ਜਾਂ ਟੈਸਟ ਦੇ ਨਾਲ ਬਹੁਤ ਸੰਬੰਧਿਤ ਹੋਰ ਪੁਆਇੰਟ ਐ ਨੁਕਤੇ ਐ ਉਹ ਮਿਸ ਨਾ ਕਰਨ ਔਰ ਸਾਰੇ ਹੈਸਲ ਫਰੀ ਆਪਣਾ ਬਿਨਾਂ ਪਰੇਸ਼ਾਨੀ ਤੋਂ ਬਿਨਾਂ ਕਿਸੇ ਪ੍ਰੋਬਲਮ ਤੋਂ ਤੁਸੀਂ ਅਪੀਅਰ ਹੋ ਸਕੋ ਐਗਜ਼ਾਮ ਦੇ ਵਿੱਚ ਔਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ ਅਪਡੇਟ ਨਵੀਂ ਜਾਣਕਾਰੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ ਦੁਬਾਰਾ ਫਿਰ ਤੁਹਾਨੂੰ ਸਾਰਿਆਂ ਨੂੰ ਸਾਰੇ ਉਮੀਦਵਾਰਾਂ ਨੂੰ ਗੁੱਡ ਲੱਕ ਸਟੱਡੀ ਸ਼ਿਪ YouTube ਚੈਨਲ ਦੇ ਵੱਲੋਂ ਥੈਂਕ ਯੂ